ਦੋਸਤੋ ਸਾਹਮਣੇ ਦਾ ਵਿਊ ਚੈੱਕ ਕਰੋ, ਉਹ ਸਾਹਮਣੇ ਬਰਫ਼ ਦੇ ਪਹਾੜ ਦਿਖਦੇ ਪਏ ਆ, ਜੇ ਅਗਰ ਗੌਰ ਨਾਲ ਦੇਖੋ ਤੁਸੀਂ। ਕੈਂਪ ਲੁੰਗਟਾ, ਉਹ ਡਾਕਟਰ ਉਹ ਦੇਖੋ ਉਹਨੇ 'ਤੇ ਜਾਣਾ ਆਪਾਂ, ਉਹ ਵਾਲੇ 'ਤੇ। ਗਾਈਜ਼ ਵੀਰੇ, ਗਾਈਜ਼ ਵੀਰੇ, ਪਾਣੀ ਪਾਣੀ ਪੱਥਰ, ਮੈਂ ਉੱਥੇ ਨਾ, ਮੈਂ ਘਰੋਂ ਨਹਾ ਕੇ ਨਹੀਂ ਆਇਆ। ਕੋਈ ਨਾ, ਲਾਉਣੇ ਉੱਥੇ ਜਾਣਾ, ਮੈਂ ਉਹ ਬਿੱਗ ਪੱਥਰ ਤੇ ਬਹਿ ਕੇ ਨਹਾਉਣਾ ਮੈਂ। ਗੱਲ ਲਓ ਵੀ ਮਿੱਤਰੋ, ਆਹ ਦੇਖ ਲਓ ਆਹ ਰੂਮ ਆਪਾਂ ਲਿਆ। ਬੋਲ ਬੱਚਾ ਕੀ ਤਕਲੀਫ ਆ, ਦੱਸੋ ਵੀ ਕਿਹਦਾ ਦੁੱਖਦਾ? ਕਿਸੇ ਦੀ ਪੱਥਰੀ ਦੁੱਖਦੀ ਆ, ਕਿਸੇ ਦੇ ਗੁਰਦਿਆਂ 'ਚ ਪਾਣੀ ਭਰਿਆ, ਬੱਚਾ ਮੇਰੇ ਕੋਲੋਂ ਆਵੋ। ਆਹ ਦੇਖੋ ਨਾ, ਹੈਲੋ ਦੋਸਤੋ, ਅਤੇ ਸਵਾਗਤ ਹੈ ਤੁਹਾਡਾ ਮੇਰੇ ਆਪਣੇ ਯੂਟਿਊਬ ਚੈਨਲ MKS ਮੋਟੋ ਰਾਈਡਰ ਦੇ ਵਿੱਚ। ਅਤੇ ਦੋਸਤੋ, ਅੱਜ ਦੀ ਆਪਣੀ ਰਾਈਡ ਧਰਮਸ਼ਾਲਾ ਦੀ ਹੋਣ ਵਾਲੀ ਹੈ। ਧਰਮਸ਼ਾਲਾ ਆਪਾਂ ਜਾਵਾਂਗੇ ਕੈਂਪ ਲੁੰਗਟਾ, ਅਤੇ ਆਪਾਂ ਬੁਕਿੰਗ ਵਗੈਰਾ ਉੱਥੇ ਕਰਾਈ ਹੋਈ ਹੈ, ਅਤੇ ਇੱਥੋਂ ਆਪਾਂ ਨਿਕਲ ਰਹੇ ਹਾਂ। ਭਾਅ ਜੀ ਨੇ ਬਾਈਕ ਨਵੀਂ ਲਈ ਹੈ, ਅਤੇ ਬਾਈਕਸ ਆਪਣੀਆਂ ਸਾਰੀਆਂ ਆ ਚੁੱਕੀਆਂ, ਅਤੇ ਆਪਾਂ ਹੁਣ ਇੱਥੋਂ ਨਿਕਲਦੇ ਹਾਂ ਧਰਮਸ਼ਾਲਾ ਦੇ ਲਈ। ਅਤੇ ਬਾਕੀ ਆਪਣੇ ਬੰਦੇ ਸਾਰੇ ਆ ਚੁੱਕੇ ਆ, ਅਤੇ ਰਾਈਡ ਆਪਣੀ ਰੈਡੀ ਹੈ। ਅਤੇ ਚਲੋ ਦੋਸਤੋ, ਮਿਲਦੇ ਤੁਹਾਨੂੰ ਰੋਡ ਦੇ ਉੱਤੇ। 83 ਕਿਲੋਮੀਟਰ ਪਠਾਨਕੋਟ ਦਿਖਾ ਰਿਹਾ, ਪਠਾਨਕੋਟ ਤੋਂ 89 ਕਿਲੋਮੀਟਰ ਧਰਮਸ਼ਾਲਾ ਕੈਂਪ ਲੁੰਗਟਾ ਆ, ਜਿੱਥੇ ਆਪਾਂ ਸਟੇ ਕਰਨੀ ਹੈ। ਲੋਕੇਸ਼ਨ ਬਹੁਤ ਔਸਮ ਹੈ, ਅਤੇ ਬਣੇ ਰਹੋ ਵੀਡੀਓ ਦੇ ਵਿੱਚ। ਅਤੇ ਅਗਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਬਾਕੀ ਵੀਡੀਓ ਦੇਖੋ, ਵੀਡੀਓ ਵਧੀਆ ਹੋਣ ਵਾਲੀ ਹੈ। ਟਾਈਮ ਹੋ ਚੁੱਕਿਆ 11:34, ਆਪਣਾ 10 ਵਜੇ ਦਾ ਪਲੈਨ ਸੀਗਾ ਨਿਕਲਣ ਦਾ। ਅਤੇ ਚਲੋ ਕੋਈ ਗੱਲ ਨਹੀਂ, ਆਪਾਂ ਕੋਸ਼ਿਸ਼ ਕਰਾਂਗੇ ਕਿ 3:30 ਦੇ ਵਿੱਚ ਆਪਾਂ ਧਰਮਸ਼ਾਲਾ ਪਹੁੰਚ ਜਾਈਏ। ਸਫ਼ਰ ਆਪਣਾ ਪਠਾਨਕੋਟ ਤੱਕ ਦਾ ਸ਼ੁਰੂ ਹੋ ਚੁੱਕਿਆ, ਇੱਥੋਂ ਜਾਵਾਂਗੇ ਪਠਾਨਕੋਟ, ਪਠਾਨਕੋਟ ਤੋਂ ਜਾਵਾਂਗੇ ਫਿਰ ਧਰਮਸ਼ਾਲਾ, ਧਰਮਸ਼ਾਲਾ ਤੋਂ ਰਾਈਟ ਹੋ ਜਾਵਾਂਗੇ ਥੋੜ੍ਹਾ ਉਰੇ ਤੋਂ ਹੀ, ਅਤੇ ਉਹ ਸਿੱਧਾ ਕੈਂਪ ਲੁੰਗਟਾ ਨੂੰ ਨਿਕਲਦਾ ਰਸਤਾ, ਉੱਥੇ ਆਪਾਂ ਜਾ ਕੇ ਰਾਤ ਸਟੇ ਕਰਾਂਗੇ, ਫੰਕਸ਼ਨ ਕਰਾਂਗੇ। ਅਤੇ ਮੀਂਹ ਦੀਆਂ 2-3 ਬੂੰਦਾਂ ਮੇਰੇ ਵਾਈਜ਼ਰ ਦੇ ਉੱਤੇ ਡਿੱਗੀਆਂ, ਅਤੇ ਮੈਨੂੰ ਲੱਗਦਾ ਕਿਤੇ ਗੇਮ ਨਾ ਪੈ ਜਾਵੇ ਇਹ। ਅਤੇ ਕੋਸ਼ਿਸ਼ ਸਾਡੀ ਇਹੀ ਆ ਕਿ 3 ਵਜੇ ਆਪਾਂ ਪਹੁੰਚੀਏ, ਕਿਉਂਕਿ ਲੰਚ ਆਪਾਂ ਉਹਨਾਂ ਕੋਲ ਵਿੱਚ ਕੀਤਾ ਹੋਇਆ, ਔਰ ਆਪਾਂ ਉਹਨਾਂ ਨੂੰ ਲੁੰਗਟਾ ਕੈਂਪ ਵਾਲਿਆਂ ਨੂੰ ਆਪਾਂ ਪਰ ਪਰਸਨ 2000 ਰੁਪਈਆ ਕੀਤਾ, ਉਹਦੇ ਵਿੱਚ ਸਾਨੂੰ ਲੰਚ ਮਿਲੇਗਾ ਜਾਂਦਿਆਂ ਨੂੰ, ਅਤੇ ਡਿਨਰ ਮਿਲੇਗਾ, ਉਸ ਤੋਂ ਬਾਅਦ ਬ੍ਰੇਕਫਾਸਟ ਮਿਲੇਗਾ ਸੁਬਹ। ਅਤੇ ਥੋੜ੍ਹੀਆਂ ਜਿਹੀਆਂ ਪਹਾੜੀਆਂ ਚੜ੍ਹ ਕੇ, ਅਤੇ ਫਿਰ ਆਪਾਂ ਮਿੱਤਰੋ ਪਹੁੰਚ ਜਾਣਾ ਆ ਧਰਮਸ਼ਾਲਾ ਵਾਲੇ ਰੋਡ 'ਤੇ। ਬਸ ਉਹ ਵੀ ਪਹੁੰਚਣ ਵਾਲੇ ਹਾਂ ਆਪਾਂ ਲਾਗੇ। ਅਤੇ ਸ਼ਿਵ ਭਗਵਾਨ ਦੀ ਮੂਰਤੀ ਦੇਖੋ ਕਿੱਡੀ ਸੋਹਣੀ ਔਰ ਕਿੱਡੀ ਵੱਡੀ ਹੈ, ਅਤੇ ਆਪਣੇ ਬਾਕੀ ਬੰਦੇ ਰਹਿ ਗਏ ਆ ਪਿੱਛੇ, ਅਤੇ ਮੈਂ ਦੇਖਦਾ ਜਦੋਂ ਅੱਗੇ ਆ ਜਾਂਦੇ ਤਾਂ ਵਿਊ ਚੈੱਕ ਕਰੋ ਕਿੰਨਾ ਸੋਹਣਾ। ਅਤੇ ਓਏ ਹੋਏ ਹੋਏ, ਕਿਆ ਗੱਲਬਾਤ ਹੈ, ਵਿਊ ਦੇਖੋ ਕਿੱਡਾ ਔਸਮ ਆ ਰਿਹਾ। ਇਹੀ ਚੀਜ਼ਾਂ ਦੇਖਣ ਆਪਾਂ ਐਡੀ ਦੂਰ ਆਉਂਦੇ ਹਾਂ। ਓਏ ਹੋਏ 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 ਹੋਏ, ਕਿਆ ਬਾਤ ਆ, ਅਤੇ ਹਲਕੀ ਜੀ ਬੂੰਦਾਬਾਂਦੀ ਹੋ ਰਹੀ। ਇਹੀ ਰਸਤਾ ਨਾ ਧਰਮਸ਼ਾਲਾ ਨੂੰ, ਕਿੱਥੋਂ ਮੁੜਨਾ? ਪੱਕੀ ਗੱਲ ਆ? ਨਹੀਂ, ਮੈਂ ਕਿਹਾ ਉਹ ਦਿਖਾ ਰਿਹਾ ਸਾਈਨ ਇੱਧਰ ਨੂੰ, ਟਰਨ ਆਪਾਂ ਲੈ ਲਿਆ ਗਲਤ, ਹੁਣ ਆਪਾਂ ਇੱਥੋਂ ਉਹ ਯੂ ਟਰਨ ਮਾਰਾਂਗੇ, ਅਤੇ ਫਿਰ ਆਪਾਂ ਮੁੜ ਕੇ ਜਾਵਾਂਗੇ ਅੱਗੇ ਨੂੰ। ਪਠਾਨਕੋਟ ਪਾਰ ਕਰਕੇ ਚੈੱਕ ਪੋਸਟ ਆ ਗਈ ਆ ਮੇਰੇ ਹਿਸਾਬ ਨਾਲ ਹਿਮਾਚਲ ਦੀ,
ਇੱਥੇ ਹਿਮਾਚਲ ਦੀ ਹੱਦ ਸ਼ੁਰੂ ਹੁੰਦੀ ਆ ਅਤੇ ਆਪਣੇ ਪੰਜਾਬ ਦੀ ਹੱਦ ਹੁੰਦੀ ਆ ਖਤਮ। ਏਰੀਆ ਦੇਖੋ ਕਿੰਨਾ ਸੋਹਣਾ ਆ। ਅਤੇ ਇਹ ਰੋਡ ਦੇ ਉੱਤੇ ਮੈਂ ਪਹਿਲੀ ਵਾਰੀ ਆਇਆ ਕਿਉਂਕਿ ਅੱਗੇ ਮੇਰਾ ਸਬੱਬ ਨਹੀਂ ਬਣਿਆ ਕਦੀ ਐਂ ਦੀ ਆਉਣ ਦਾ। ਤੋ ਸਾਹਮਣੇ ਦੇਖੋ ਕਿੰਨਾ ਸੋਹਣਾ ਗੇਟ ਬਣਿਆ ਹੋਇਆ ਅਤੇ ਸ਼ਾਇਦ ਕੋਈ ਚਰਚ ਦਾ ਗੇਟ ਲੱਗ ਰਿਹਾ ਮੈਨੂੰ। ਅਤੇ ਮੰਡੀ ਇੱਥੋਂ ਦਿਖਾ ਰਿਹਾ 194 ਅਤੇ ਪਾਲਮਪੁਰੋਂ 100 ਕਿਲੋਮੀਟਰ ਦਿਖਾ ਰਿਹਾ। ਯਾਰ ਇਹ ਤਾਂ ਬਹੁਤ ਜਲਦੀ ਮਤਲਬ ਘੈਂਟ ਨਜ਼ਾਰਾ ਜਿਹਨੂੰ ਕਹਿੰਦੇ ਦੇਖਣ ਨੂੰ ਮਿਲਿਆ। ਕਿਉਂਕਿ ਅਸੀਂ ਜਿਹੜੀ ਉਮੀਦ ਲਾਉਂਦੇ ਹਾਂ ਕਿ ਸਾਨੂੰ ਧਰਮਸ਼ਾਲਾ ਜਾ ਕੇ ਪਹਾੜ ਮਿਲਣੇ ਆ ਬਰਫ਼ ਵਾਲੇ, ਅਤੇ ਬਿਲਕੁਲ ਸਾਹਮਣੇ ਸਾਡੇ ਪਹਾੜ ਆ ਬਰਫ਼ ਵਾਲੇ ਔਰ ਕਾਫ਼ੀ ਹਾਈਟ 'ਤੇ ਆ। ਦੋਸਤੋ ਸਾਹਮਣੇ ਦਾ ਵਿਊ ਚੈੱਕ ਕਰੋ, ਉਹ ਸਾਹਮਣੇ ਬਰਫ਼ ਦੇ ਪਹਾੜ ਦਿਖਦੇ ਪਏ ਆ ਜੇ ਅਗਰ ਗੌਰ ਨਾਲ ਦੇਖੋ ਤੁਸੀਂ। ਅਤੇ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਵੀਡੀਓ ਦੇ ਵਿੱਚ ਜ਼ੂਮ ਕਰਕੇ ਤੁਹਾਨੂੰ ਦਿਖਾਵਾਂ। ਆਪਾਂ ਢਾਬੇ 'ਤੇ ਪਹੁੰਚ ਗਏ ਹਾਂ, ਹੁਣ ਆਪਣਾ ਹਲਕਾ ਫੁਲਕਾ ਕੁਛ ਖਾਣ ਦਾ ਪਲੈਨ ਆ ਕਿਉਂਕਿ ਲੰਚ ਤਾਂ ਆਪਾਂ ਉੱਥੇ ਜਾ ਕੇ ਕਰਨਾ। ਅਤੇ ਅਜੇ ਭਾਅ ਜੀ ਕਿੱਦਾਂ ਰਿਹਾ ਸਫ਼ਰ ਪਿੱਛੇ ਵਾਲਾ? ਆਫ ਰੋਡਿੰਗ ਤੁਹਾਡੇ ਲਈ ਤਾਂ ਬੈਸਟ ਹੈ, ਤੁਹਾਡੇ ਲਈ ਬੈਸਟ ਹੈ ਕਿਉਂਕਿ ਆਫ ਰੋਡਰ ਬਾਈਕ ਹੈ। ਜ਼ਿਆਦਾ ਟੁੱਟਾ ਨਾ, ਪਰ ਇਹ ਆ ਵੀ ਇੱਧਰ ਦੇ ਵਿਊ ਜ਼ਿਆਦਾ ਥੋੜ੍ਹੇ ਵਧੀਆ ਹੈ ਨਾ। ਮੈਂ ਇਹਨਾਂ ਨੂੰ ਕਿਹਾ ਸੀ ਕਸ਼ਮੀਰ ਜਾਣਾ। ਅੱਛਾ, ਕਿਉਂਕਿ ਇੱਥੇ ਕਿ ਆਪਣੇ ਕੋਲ ਹੀ ਆ ਰੋਡ ਦੇ, ਇੱਧਰ ਦਾ ਵੀ ਅਤੇ ਹੁਸ਼ਿਆਰਪੁਰ ਵਾਲਾ ਵੀ। ਓਕੇ, ਅਤੇ ਦੋਨੇ ਰੋਡ ਦਾ ਕੰਮ ਆਪਾਂ ਹੀ ਚਲਾਇਆ ਆ। ਠੀਕ ਆ, ਮੈਨੂੰ ਪਤਾ ਸੀ ਰੋਡ ਟੁੱਟਾ ਆ। ਅਤੇ ਕੋਕ ਆ ਗਏ ਆ ਦੁਬਾਰਾ ਤੋਂ, ਜਰਾ ਠੰਡਾ ਆਣੀ ਪੀਣਾ ਲੱਗਾ, ਠੰਡਾ ਆਣੀ ਪਾਣੀ ਪੀ ਕੇ ਆਪਾਂ ਚੱਲਦੇ ਆ ਭਾਜੀ। ਠੰਡੇ ਆਣੀ ਤੋਂ ਬਾਅਦ ਤੇ ਹੁਣ ਆਰਡਰ ਕਾਹਦਾ ਕਰਨਾ ਆਪਾਂ? ਹਲਕਾ ਫੁਲਕਾ ਖਾ ਲਓ ਕੁਛ, ਫਿਰ ਉੱਥੇ ਜਾ ਕੇ ਆਪਣਾ ਹੈਗਾ ਵਾਪਸ ਕਰ ਲਈਏ। ਅੱਛਾ, ਇਦਾਂ ਨਹੀਂ ਹੋ ਸਕਦਾ ਡਾਕਟਰ, ਤੈਨੂੰ ਕੀ ਹੋ ਗਿਆ? ਤੇ ਦੋਸਤੋ 2:45 ਹੋ ਗਿਆ ਖਾਣਾ ਖਾ ਕੇ ਹਲਕਾ ਫੁਲਕਾ ਜਿਹਾ, ਅਤੇ ਆਪਾਂ ਹੁਣ ਨਿਕਲ ਗਏ ਹਾਂ ਫਿਰ ਦੁਬਾਰਾ ਤੋਂ ਧਰਮਸ਼ਾਲਾ ਰੋਡ ਵਾਲੀ ਸਾਈਡ ਨੂੰ। ਹੁਣ ਦੇਖੋ ਤੁਸੀਂ ਸਾਹਮਣੇ ਬਰਫ਼ ਵਾਲੇ ਪਹਾੜ ਬਿਲਕੁਲ ਸਾਫ਼ ਦਿਖ ਰਹੇ ਆ। ਉਹ ਸਾਹਮਣੇ ਦੇਖੋ ਤੁਸੀਂ, ਜੇ ਅਗਰ ਤੁਹਾਨੂੰ ਸ਼ਾਇਦ ਨਜ਼ਰ ਆਉਂਦੇ ਹੋਣ, ਅਤੇ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ। ਪਰ ਉਹ ਮੈਨੂੰ ਲੱਗਦਾ ਹੁਣ ਆਪਾਂ ਨੂੰ ਕਰਨੀ ਪੈਣੀ ਆ ਵੇਟ, ਕਿਉਂਕਿ ਅੱਗੇ ਕੰਮ ਚੱਲਦਾ ਪਿਆ, ਕੋਈ ਪੱਥਰ ਪੁੱਥਰ ਤੋੜਨ ਲੱਗੇ ਹੋਏ ਆ। ਕਿਆ ਹੋ ਗਿਆ? ਠੀਕ ਹੈ, ਹੋਰ ਪੰਗਾ ਕੀ ਹੈ? ਕੰਸਟਰਕਸ਼ਨ ਦਾ ਕੰਮ ਚੱਲਦਾ ਤੇ ਉੱਤੋਂ ਪੱਥਰ ਬਹੁਤ ਜ਼ੋਰ ਨਾਲ ਡਿੱਗ ਰਹੇ ਆ, ਇਸ ਕਰਕੇ ਆਪਾਂ ਨੂੰ ਇਹਨਾਂ ਨੇ ਨਾ ਪਿੱਛੇ ਰੋਕ ਦਿੱਤਾ ਆ। ਹੁਣ ਦੇਖਦੇ ਹਾਂ ਜੇ ਅਗਰ ਲੈਂਡ ਸਲਾਈਡ ਇਹ ਬੰਦ ਹੁੰਦੀ ਆ ਅਤੇ ਤਾਂ ਹੀ ਅੱਗੇ ਜਾ ਹੋਣਾ। ਰਸਤਾ ਆਪਾਂ ਨੂੰ ਖੋਲ੍ਹ ਦਿੱਤਾ ਉਹਨਾਂ ਨੇ, ਆਪਾਂ ਹੁਣ ਇੱਥੋਂ ਨਿਕਲ ਗਏ ਹਾਂ। ਅਤੇ ਜੇ ਇੱਥੋਂ ਨਿਕਲ ਗਏ ਸਮਝੋ ਆਪਾਂ ਬਾਕੀ ਸਾਰਾ ਰਸਤਾ ਠੀਕ ਹੈ। ਰਿਸਕ ਬੜਾ ਤਕੜਾ ਬਾਬਾ ਜੀ, ਉੱਤੋਂ ਆ ਰਹੇ ਪੱਥਰ। ਇਹਨਾਂ ਨੂੰ ਕੰਮ ਜਿਹੜਾ ਰਾਤ ਨੂੰ ਕਰਨਾ ਚਾਹੀਦਾ, ਦਿਨੇ ਵੈਸੇ ਇਹ ਕੰਮ ਨਹੀਂ ਕਰਨਾ ਚਾਹੀਦਾ। ਸਿੱਧੇ ਉੱਪਰੋਂ ਠਾ ਠਾ ਪੱਥਰ ਆ ਰਹੇ ਥੱਲੇ। ਆਪਾਂ ਨਿਕਲੇ ਆਏ ਹਾਂ ਅਤੇ ਮੇਰੇ ਨਾਲ ਦੇ ਸਾਥੀ ਵੀ ਮੇਰੇ ਲੱਗਦਾ ਮੈਨੂੰ ਆ ਹੀ ਗਏ ਪਿੱਛੇ, ਮੈਂ ਅੱਗੇ ਜਾ ਕੇ ਥੋੜ੍ਹਾ ਜਿਹਾ ਵੇਟ ਕਰਦਾ ਉਹਨਾਂ ਦੀ। ਔਰ ਇਹ ਸਾਦੀ ਵੈਸੇ
ਗਲਤੀ ਆ ਕਿ ਸਾਨੂੰ ਇੱਧਰ ਦੀ ਆਉਣਾ ਨਹੀਂ ਚਾਹੀਦਾ ਸੀ, ਕਿਸੇ ਦੇ ਕਹਿਣ 'ਤੇ ਅਸੀਂ ਇੱਧਰ ਦੀ ਆ ਗਏ, ਬਸ ਇੰਨੇ 'ਚ ਹੀ ਸਾਡਾ ਕੰਮ ਖਰਾਬ ਹੋ ਗਿਆ। ਬਾਕੀ ਵਿੱਚ ਵਿੱਚ ਰੋਡ ਬੰਦ ਆ, ਕਿਸੇ ਜਗ੍ਹਾ ਸਹੀ ਵੀ ਹੈਗਾ, ਅਤੇ ਰੋਡ ਸਾਰਾ ਹੀ ਉੱਥਲ ਪੁੱਥਲ ਹੈ ਮਿੱਤਰੋ। ਜਿਹੜਾ ਇਸ ਰਸਤੇ ਆਊਗਾ ਆਪਦੀਆਂ ਪਸਲੀਆਂ ਨੂੰ ਤੇਲ ਤੂਲ ਲਾ ਕੇ ਪਹਿਲਾਂ ਹੀ ਆਵੇ, ਕਿਉਂਕਿ ਰੋਡ ਦਾ ਬਹੁਤ ਕੰਮ ਖਰਾਬ ਆ ਇੱਥੋਂ ਦੇ ਦਾ। ਹੁਣ ਇੱਥੋਂ ਸਫ਼ਰ ਆਪਣਾ ਰਹਿ ਗਿਆ ਆ 43 ਕਿਲੋਮੀਟਰ, ਅਤੇ 1.5 ਘੰਟਾ ਆਪਾਂ ਨੂੰ ਫਿਰ ਵੀ ਲੱਗ ਹੀ ਜਾਣਾ, ਕਿਉਂਕਿ ਰੋਡ ਦੀ ਖਸਤਾ ਹਾਲਤ ਦੇਖ ਕੇ। ਅਤੇ ਲਓ ਜੀ, ਧੌਲਾ ਧਾਰ ਵਾਲੇ ਪਹਾੜ ਦਿਖਣੇ ਸ਼ੁਰੂ ਹੋ ਗਏ ਆ। ਇਹ ਉਹ ਪਹਾੜ ਆ ਜਿਹੜੇ ਲੋਕਡਾਊਨ ਦੇ ਵਿੱਚ ਆਪਣੇ ਜਲੰਧਰ ਤੋਂ ਦਿਖੇ ਸੀ। ਬਸ ਆਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ, ਸਾਹਮਣੇ ਦੇਖੋ। ਯਾਰ ਕਿਆ ਹੀ ਵਿਊ ਆ, ਕਿਆ ਔਸਮ ਨਜ਼ਾਰਾ ਇੱਥੇ ਦਾ। ਅਤੇ ਇਹਨਾਂ ਨੇ ਲੱਗਦਾ ਤੇਲ ਪਵਾਉਣਾ ਫਿਰ, ਚਲੋ ਪਵਾ ਲੈਂਦੇ ਹੋ, ਆਪਾਂ ਰੁਕ ਲੈਂਦੇ ਜਦ ਤੱਕ। ਤੇਲ ਆਪਾਂ ਵੀ ਟੈਂਕੀ ਇਹਦੀ ਫੁੱਲ ਕਰਾ ਲਈ ਆ, ਅਤੇ ਸੂਈ ਚੜ੍ਹ ਗਈ ਆ ਦੇਖੋ ਤਾਂ ਇਹਦੀ। ਅਤੇ ਹੁਣ ਆਪਾਂ ਨਿਕਲਦੇ ਹਾਂ, ਆ ਮਿੱਤਰ ਆਪਣੇ ਮਿਲੇ ਆ, ਸੰਗੀ ਜਾਂਦੇ ਆ। ਹੋਰ ਦੋਸਤ ਕਿਹੜੀ ਜਗ੍ਹਾ ਤੋਂ ਆ? ਆਹ ਭਰਾ ਸੱਪਾਂ ਨੂੰ ਟੱਕਰਿਆ, ਵਲੋਗ 'ਚ ਆਉਂਗੇ ਤੁਸੀਂ, ਅਤੇ ਚੈਨਲ ਪਿੱਛੇ ਲਿਖਿਆ ਹੋਇਆ MKS ਮੋਟੋ ਰਾਈਡਰ, ਫੋਟੋ ਖਿੱਚ ਲਓ। ਅਤੇ ਇਹ ਭਰਾ ਕਹਿੰਦੇ ਆ ਵੀ ਸਾਨੂੰ ਵੀ ਵਲੋਗ 'ਚ ਲੈ ਲਓ, ਅਤੇ ਮੈਂ ਇਹਨਾਂ ਦੀ ਵੀਡੀਓ ਬਣਾਈ ਆ। ਹੁਣ ਇਹ ਕਿਹੜੀ ਜਗ੍ਹਾ ਭਾਅ ਜੀ? ਇਹ ਛੱਤੜੀ, ਛੱਤੜੀ ਤੋਂ ਮਿਲੇ ਆ। ਹੋ ਗਈ, ਚਲੋ ਠੀਕ ਹੈ ਬ੍ਰਦਰ, ਮਿਲਦੇ ਹਾਂ ਵਲੋਗ 'ਚ ਆਉਂਗੇ ਤੁਸੀਂ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, 2-3 ਦਿਨ ਬਾਅਦ ਵੀਡੀਓ ਪੈ ਜਾਏਗੀ। ਓਕੇ ਜੀ, ਥੈਂਕ ਯੂ। ਕੈਂਪ ਲੂੰਗੜਾ ਇੱਥੋਂ ਰਹਿ ਗਿਆ 7 ਕਿਲੋਮੀਟਰ, ਅਤੇ ਟਾਈਮ ਹੋ ਗਿਆ ਸ਼ਾਮ ਦੇ 4:46, 10 ਮਿੰਟ ਹੋਰ ਲੱਗਣੇ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ। ਸਫ਼ਰ ਰਹਿ ਗਿਆ ਆਪਣਾ ਸਾਰਾ 5 ਕਿਲੋਮੀਟਰ ਦਾ, ਅਤੇ ਤਕਰੀਬਨ ਆਪਾਂ ਪਹੁੰਚ ਗਏ ਹਾਂ। ਅੱਜ ਕਰਦੇ ਆਪਾਂ ਕਾਫੀ ਲੇਟ ਹੋ ਗਿਆ, ਕਿਉਂਕਿ ਆਪਣਾ ਪਲੈਨ ਸੀਗਾ 10 ਵਜੇ ਦਾ ਘਰ ਤੋਂ ਚੱਲਣ ਦਾ, ਅਤੇ ਆਪਾਂ ਚੱਲੇ ਹਾਂ ਕੋਈ 12 ਵਜੇ ਦੇ ਕਰੀਬ। ਅਤੇ ਲੋਕ ਬੜੀ ਹੈਰਾਨੀ ਨਾਲ ਸਾਡੇ ਵੱਲ ਦੇਖ ਰਹੇ ਆ ਵੀ ਇਹ 4-5 ਬੰਦੇ ਕਿੱਧਰ ਘੁੰਮ ਰਹੇ ਆ, ਇਹਨਾਂ ਨੂੰ ਕੋਈ ਫਰੇ ਭੁੱਲ ਗਿਆ ਇਹ ਜਾਂ ਕੀ ਹੈ। ਅਸੀਂ ਤਾਂ ਗੁੰਮੇ ਵੀ ਕਿਸੇ ਪਾਸੇ ਦੀ ਨਿਕਲ ਜੀਦਾ। ਲਓ ਜੀ ਦੋਸਤੋ, ਭੁੱਲੇ ਭਟਕੇ ਆਪਾਂ ਇੱਕ ਵਾਰੀ ਫੇਰ ਭਟਕ ਗਏ, ਅਤੇ ਹੁਣ ਆਪਾਂ ਇੱਧਰੋਂ ਆਏ ਹਾਂ ਤਾਂ ਇੱਧਰ ਨੂੰ ਚੜ੍ਹ ਗਏ ਸੀ ਦੁਬਾਰਾ ਉੱਪਰ ਨੂੰ, ਹੁਣ ਫਿਰ ਉੱਧਰੋਂ ਮੁੜ ਕੇ ਆਏ ਹਾਂ, ਹੁਣ ਚੱਲੇ ਹਾਂ ਐਂ ਨੂੰ, ਅਤੇ ਬਾਕੀ ਜਨਤਾ ਆਪਣੇ ਨਾਲ ਦੀ ਆ ਜਾਂਦੀ ਆ, ਅਤੇ ਫਿਰ ਨਿਕਲਦੇ ਹਾਂ। ਰੁਕ ਜਾਓ 1 ਮਿੰਟ। ਕੈਂਪ ਲੂੰਗੜਾ ਦੇ ਸਾਹਮਣੇ ਆਪਾਂ ਪਹੁੰਚ ਚੁੱਕੇ ਹਾਂ। ਓਏ ਹੋਏ 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 ਹੋਏ, ਬਸ ਇਹੀ ਫਾਇਦਾ ਹੈਗਾ, ਚੜ੍ਹ ਜਾਂਦਾ ਤੱਕੜਾਂ ਵੀ ਉਸੇ ਮਰਜ਼ੀ। ਅਤੇ ਗੂਗਲ ਮੈਪ ਨੇ ਵੀ ਰੋਡ ਇਹ ਦਿਖਾਇਆ ਨਹੀਂ ਗਾ, ਰੋਡ ਦੇ ਵਿੱਚ
ਤਾਂ ਹੀ ਨਹੀਂ ਦਿਖਾਇਆ, ਇਹਦੇ ਹਾਲਤ ਬਹੁਤ ਖਰਾਬ ਆ। ਕੈਂਪ ਲੁੰਗਟਾ ਕਿੱਧਰ ਲਾਣੀ ਆ? ਚਲੋ ਆ ਜਾਓ। ਇਹਨਾਂ ਦਾ ਟੈਕਸੀ ਸਟੈਂਡ ਬਹੁਤ ਘੈਂਟ ਬਣਿਆ ਹੋਇਆ, ਆਹ ਦੇਖੋ ਫਰਸ਼ ਕਿੰਨਾ ਮਾਰਬਲ ਲੱਗਾ ਹੋਇਆ ਪਾਰਕਿੰਗ ਦੇ ਉੱਤੇ, ਅਤੇ ਸਾਨੂੰ ਬਾਈਕਾਂ ਇੱਥੇ ਖੜੀਆਂ ਕਰਨ ਨੂੰ ਮਿਲਣੀਆਂ। ਹੈਲੋ ਗਾਈਸ, ਗਾਈਸ ਭਰਾ, ਗਾਈਸ ਵੀਰੇ, ਗਾਈਸ ਵੀਰੇ, ਪਾਣੀ, ਗਾਈਸ ਵੀਰੇ, ਪਾਣੀ ਪੱਥਰ। ਕਿੱਥੇ ਬੈਠਾ ਉਹਦੇ ਬੰਦਾ, ਕਿੱਥੇ ਬੈਠਾ ਉਹਦੇ ਉੱਪਰ? ਚਲੋ ਲਓ ਵੀ ਮਿੱਤਰੋ, ਡਿੱਗਦੇ ਢਹਿੰਦੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਆ। ਇੱਕ ਜੋਗਾ ਬਾਅਦ ਚ ਦੱਸਦਾ ਕੈਮਰੇ ਤੋਂ ਬਾਅਦ ਮੈਂ। ਚੱਲ ਆਪਾਂ ਇੱਧਰ ਲੈ ਵੀ ਭਾ, ਕੈਂਪ ਖੋਲ ਜਰਾ ਦਿਖਾਈਏ, ਲੈਟ ਹੈਗੀ ਕੋਈ ਅੰਦਰ? ਜਗਾ ਦਿਓ ਜਰਾ। ਹਾਂਜੀ ਓਕੇ, ਕੋਈ ਨਹੀਂ ਤੋੜ ਲਾਂਗੇ ਇੱਧਰੋਂ ਆ ਕੇ। ਆਹ ਦੇਖ ਲਓ ਆਹ ਰੂਮ ਆਪਾਂ ਲਿਆ, ਅਤੇ ਆਹ ਭਾਅ ਜੀ ਆ ਜਿਨ੍ਹਾਂ ਨੇ ਸਾਰਾ ਅਰੇਂਜ ਕਰਨਾ। ਅਤੇ ਰਾਤ ਨੂੰ ਮੌਸਮ, ਰਾਤ ਨੂੰ ਮੌਸਮ ਕਿੱਦਾਂ ਦਾ ਹੁੰਦਾ ਇੱਥੇ? ਨਹੀਂ ਮਤਲਬ ਹਲਕਾ ਫੁਲਕਾ ਠੰਡ ਰਹੂਗੀ। ਠੀਕ ਆ, ਚਲੋ ਦੋਸਤੋ ਸਮਾਨ ਸਮੂਹ ਰੱਖਦੇ ਹਾਂ, ਉਦੋਂ ਬਾਅਦ ਗੱਲ ਕਰਦੇ ਹਾਂ ਆਪਾਂ ਤੁਹਾਡੇ ਨਾਲ। ਇੱਥੇ ਅਤੇ ਸਾਹਮਣੇ ਦੇਖੋ ਉਹ ਬਰਫ਼ ਦੇ ਪਹਾੜ ਦੀ, ਦੇ ਉਹ ਸਾਹਮਣੇ ਦੇਖੋ ਨਾ, ਅਤੇ ਆਹ ਇਹਨਾਂ ਦੀ ਕਿਚਨ ਹੈ, ਅਤੇ ਇੱਥੇ ਖਾਣੇ ਪੀਣੇ ਦਾ ਜੁਗਾੜ ਹੈ ਸਾਰਾ। ਆਹ ਇਹਨਾਂ ਦੇ ਕੈਂਪ ਆ ਜਿਹੜੇ ਇੱਥੇ ਇਹਨਾਂ ਨੇ ਬਣਾਏ ਹੋਏ ਆ, ਪਰ ਪਰਸਨ 2000 ਰੁਪੀਜ਼ ਇਹਦੇ ਲੈਂਦੇ ਆ ਇਹ। ਅਤੇ ਆਹ ਛੋਟਾ ਜਿਹਾ ਸਵੀਮਿੰਗ ਪੂਲ ਵੀ ਇਹਨਾਂ ਨੇ ਬਣਾ ਰੱਖਿਆ ਇੱਥੇ। ਅਤੇ ਹੁਣ ਆਪਾਂ ਖਾਣਾ ਔਡਰ ਕੀਤਾ, ਖਾਣਾ ਖਾ ਕੇ ਫਿਰ ਆਪਾਂ ਦੇਖਦੇ ਹਾਂ ਕਿਤੇ ਘੁੰਮਣ ਫਿਰਨ ਜਾਣਾ ਜਾਂ ਨਹੀਂ ਜਾਣਾ। ਕੀ ਹੋਇਆ ਬਾਬਾ? ਤੁਸੀਂ ਜੈ ਸ਼ਿਵ ਸ਼ੰਕਰ ਭੋਲੇ ਭੰਡਾਰੀ, ਕੀ ਹੋਇਆ ਐਡੀ ਜਲਦੀ ਬਾਬਾ ਬੁਲਾ ਲਿਆ ਤੂੰ? ਹੈ ਭਾਈ ਤੁਸੀਂ ਕਿੱਥੇ? ਜ਼ਬਰਦਸਤ ਵਿਊ ਲੈ ਵੀ ਪੂਰੀ ਗੈਂਗ ਮਿੱਤਰੋ ਇੱਥੇ ਪਹੁੰਚ ਗਈ ਆ ਉੱਪਰ, ਹੁਣ ਪਤਾ ਨੀ ਖੈਰ ਹੀ ਆ। ਆਏ 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 ਭੰਗੜਿਆ, ਡੀਜੇ ਡੀਜੇ ਨਾ ਭੰਗੜਿਆ ਦੀ ਲੋੜ ਹੀ ਨੀ। ਇੱਧਰ ਇੱਧਰ
ਮੈਂ ਤਾਂ ਨਾ ਇੱਥੇ ਪੁੱਛ ਕੇ ਇੱਥੇ ਦਿਹਾੜੀ ਦਿਹੁੜੀ ਕਰਨ ਲੱਗ ਪੈਣਾ, ਜਾਣਾ ਹੀ ਨੀ ਪੰਜਾਬ ਯਾਰ, ਮੈਂ ਇਹ ਬੜਾ ਹੀ ਯਾਰ ਜਾਇਆ ਕਰਾਂਗੇ ਜਿੱਦਾਂ ਇੱਥੇ ਕਿਤੇ ਘੁੰਮਣ ਆਉਂਦੇ ਨਾ ਵੀ ਕਿਤੇ ਕਿਤੇ ਹੁਣ ਆਪਾਂ ਹਿਮਾਚਲ ਜਾਈਦਾ ਉਦੋਂ ਮੈਂ ਕਿਹਾ ਕਰਾਂਗਾ ਕਿਤੇ ਕਿਤੇ ਪੰਜਾਬ ਜਾਈਦਾ ਇੱਥੇ ਰਹਿਣਾ ਪੱਕਾ ਹੀ ਭਾਈ। ਹਾਂ ਖਾਣ ਪੀਣ ਦਾ ਸਮਾਨ ਆ ਗਿਆ, ਕੀ ਕੀ ਇਹਦੇ ਵਿੱਚ? ਆਹ ਦੇਖੋ ਪਕੌੜੇ ਸਨੈਕਸ ਤੇ ਨਾਲ ਹੈਗੇ ਆ ਚਟਣੀ, ਨਾਲ ਹੈਗੀ ਚਾਹ। ਆਇਆ ਭਾਜੀ ਪਕੌੜੇ ਭੈਣ ਦੇ ਵਧੀਆ ਹੱਥਾਂ ਦੇ ਬਣਾਏ ਹੋਏ। ਚਲੋ ਬੈਠੋ ਬੱਚਾ ਖਾਓ। ਬੋਲੋ ਬੱਚਾ ਤੈਨੂੰ ਕੀ ਤਕਲੀਫ ਆ? ਇਹ ਜੜੀ ਬੂਟੀ ਕਿਸੇ ਨੂੰ ਕੋਈ ਪ੍ਰੋਬਲਮ ਆ ਤੇ ਇਹਦਾ ਰਗੜਾ ਪੀਓ। ਅੱਛਾ ਜੀ, ਬੋਲ ਬੱਚਾ ਕੀ ਤਕਲੀਫ ਆ? ਦੱਸੋ ਵੀ ਕਿਹਦਾ ਦੁੱਖਦਾ? ਕਿਸੇ ਦੀ ਪੱਥਰੀ ਦੁਖਦੀ ਆ, ਕਿਸੇ ਦੇ ਗੁਰਦਿਆਂ 'ਚ ਪਾਣੀ ਭਰਿਆ, ਬੱਚਾ ਮੇਰੇ ਕੋਲੋਂ ਆਵੋ। ਆਹ ਦੇਖੋ ਲਾਲ ਫੁੱਲ ਬੱਚਾ, ਲਾਲ ਇਹਨੂੰ ਕਹਿੰਦੇ ਬਬੂਛਾ। ਬਾਬਾ ਜੀ ਕਿੰਨੇ ਕੁ ਚਿਰ ਤੇ ਬੰਦਾ ਸਹੀ ਹੋ ਜਾਂਦਾ? ਇਹ ਬੱਚਾ ਜੇ ਤਾਂ ਆਊਗਾ ਬੂਝਿਆਂ ਦੇ ਪਿੱਛੇ। ਜੇ ਤਾਂ ਬੱਚਾ ਆਊਗਾ ਝਾੜੀ ਦੇ ਪਿੱਛੇ ਫੇਰ ਤਾਂ ਕਰਦਾਂਗੇ ਅੱਧੇ ਘੰਟੇ 'ਚ ਠੀਕ। ਤਾਂ ਜੇ ਬੱਚਾ ਤੂੰ ਝਾੜੀ ਪਿੱਛੇ ਨਹੀਂ ਜਾਣਾ ਫੇਰ ਉਹ ਬਰਫ਼ ਦੀ ਪਹਾੜੀ 'ਤੇ ਲੈ ਕੇ ਜਾਵਾਂਗੇ, ਉੱਥੇ ਤੈਨੂੰ ਸ਼ੇਸ਼ਨਾਗ ਦੇ ਦਰਸ਼ਨ ਕਰਾਵਾਂਗੇ, ਨਾਲੇ ਤੈਨੂੰ ਮਣੀ ਤੈਨੂੰ ਚੁੰਮ ਕੇ ਬੱਚਾ ਦੇਵਾਂਗੇ ਤਾਂ ਉੱਥੇ ਲਾ ਲਈ ਤਾਂ ਠੀਕ ਹੋ ਜਾਏਗਾ। ਚੱਲ ਬੱਚਾ ਛਾਂ ਤਿਆਰ ਹੋ ਜਾ ਜਰਾ, ਆਪਾਂ ਜਾਣਾ ਆਹ ਉੱਥੇ ਸਾਹਮਣੇ ਤੇ ਰਾਹ ਹੈਗਾ ਇਹ ਨਰਕਾਂ ਦੀ ਪੌੜੀ, ਤੇ ਹੁਣ ਪਤਾ ਨੀਗਾ ਚੜ ਕੇ ਆ ਹੋਣਾ ਕਿ ਨਹੀਂ ਆ ਹੋਣਾ, ਤੇ ਵਾਰੀ ਵਾਰੀ ਚਲੋ ਆ ਜਾਓ ਭਾਜੀ, ਆ ਜਾਓ ਟਾਈਮ ਨਾਲ ਚੰਗਾ ਭਰਾ ਅਸੀਂ ਚੱਲੇ। ਲਓ ਵੀ ਇਹਨਾਂ ਨੇ ਪੱਗਾ ਪਾ ਲਿਆ, ਕਹਿੰਦੇ ਵੀ ਜਾਣਾ ਥੱਲੇ ਭਾਜੀ। ਇਹ ਮੇਰੀ ਜਿੱਦ ਆ, ਚੱਲੇਗਾ ਥੱਲੇ ਭਰਾ ਜੀ ਜਿੱਦ ਆ ਤੁਹਾਡੇ ਵੀ। ਅੱਛਾ ਮੈਂ ਵੀ ਜਾਣਾ, ਮੈਂ ਇੱਥੇ ਹੀ ਬੈਠਾ। ਬਹੁਤ ਔਖਾ ਮਿੱਤਰਾ, ਪੰਗਾ ਲੈ ਲਿਆ ਤੂੰ, ਕੋਈ ਗੱਲ ਨੀ ਉਹ ਚੱਲ। ਉਹ ਸਾਹਮਣੇ ਡੰਡੀ ਹੈ, ਨਹੀਂ ਜਾਣਾ ਪਹੁੰਚ ਗਏ ਹੁਣ ਤਾਂ, ਚਲੋ ਉਹ ਪਹੁੰਚ ਗਏ, ਆ ਜਾਓ ਉਹ ਪਹੁੰਚ ਗਏ, ਆ ਜਾਓ ਆ ਜਾਓ, ਚਲੋ ਭਾਜੀ ਚਲੋ। ਉਹ ਫੜ ਫੜ ਕੇ ਚੜ੍ਹਨਾ ਪੈਣਾ ਹੀ ਓ ਪੱਥਰ, ਰਾਸਤਾ ਸੀਗਾ ਪੂਰਾ ਪਾਣੀ ਹੋ ਜਾਂਦਾ। ਹਾਂਜੀ ਸੋਨੂ ਭਾਜੀ, ਲਓ ਵੀ ਮਿੱਤਰੋ ਪੰਗਾ ਲਿਖ ਲਿਆ ਸੀ, ਉਹ ਉੱਪਰੋਂ ਆ ਗਏ ਆ ਹੁਣ, ਹੁਣ ਥੱਲੇ ਜਾਣ ਦਾ ਸੀਨ ਨੀ ਮਿਲਦਾ ਪਿਆ ਕੋਈ। ਦੇਖੋ
ਆਹ ਉਹ ਇੱਕ ਜਾਂਦਾ ਪਿਆ ਪਾ ਕਿੱਧਰ ਚਲ ਗਿਆ ਹੈਗੇ ਆ ਦੇਖੀ ਧਿਆਨ ਨਾਲ ਗੱਡੀ ਭਾਰੀ ਆ ਨੈਵੀਗੇਸ਼ਨ ਉਹ ਸਾਹਮਣੇ ਚੱਲਦਾ ਪਾਣੀ ਉੱਥੇ ਚੱਲਾਂਗੇ ਪਤਾ ਨਹੀਂ ਹੁਣ ਜਾ ਹੋਣਾ ਕਿ ਨਹੀਂ ਵੀ ਮਿੱਤਰੋ ਪੰਗਾ ਤਾਂ ਲੈ ਲਿਆ ਆ ਹੁਣ ਜਾਵਾਂਗੇ ਆਪਾਂ ਜ਼ਰੂਰ ਦੇਖੀ ਦੇਖੀ ਧਿਆਨ ਨਾਲ ਧਿਆਨ ਸੱਟ ਨਾਲ ਵਾਲੀ ਬਚ ਗਿਆ ਬਚ ਗਿਆ ਪੈਰ ਪੈਰ ਗਲਤ ਪੈ ਗਏ ਕੋਈ ਨੀ ਕੋਈ ਨੀ ਬਚਾ ਧਿਆਨ ਨਾਲ ਆਇਓ ਮੈਂ ਨੀ ਡਰਦਾ ਮੈਂ ਨੀ ਡਰਦਾ ਉਦਾਂ ਮੇਰਾ ਕੱਚਾ ਭਰ ਗਿਆ ਆ ਉਦਾਂ ਮੇਰਾ ਕੱਚਾ ਭਰ ਗਿਆ ਪਰ ਮੈਨੂੰ ਡਰ ਨੀ ਲੱਗਦਾ ਤੁਹਾਡੀ ਲੈ ਵੀ ਮਿੱਤਰੋ ਮੈਂ ਪਹੁੰਚ ਗਿਆ ਥੱਲੇ ਆਪਣੇ ਭਰਾ ਰਾਜ ਹੀ ਲੜ ਕੇ ਹਜੇ ਤੇ ਮੈਂ ਪਹੁੰਚ ਗਿਆ ਪਹਿਲਾਂ ਹੀ ਉਹ ਸਾਡੀ ਭੈਣ ਸੱਪ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਨਦੀ ਦੇ ਕਿਨਾਰੇ ਉਹ ਸਾਹਮਣੇ ਆਏ ਆਪਾਂ ਐਡੀ ਦੂਰੋਂ ਤਾਂ ਦੇਖ ਲਓ ਆਪਾਂ ਪਹੁੰਚ ਗਏ ਥੱਲੇ ਲਓ ਵੀ ਮਿੱਤਰੋ ਸਾਹ ਆਇਆ ਉਹਦਾ ਉਤਰਨ ਵਾਰੀ ਨਹੀਂ ਚੜਿਆ ਹੁਣ ਜਾਣ ਵਾਰੀ ਦਾ ਕੋਈ ਪਤਾ ਨਹੀਂ ਕੀ ਹੋਣਾ ਸਾਡੇ ਨਾਲ ਯੈਸ ਬੋਸ ਡੋਂਕੀ ਲਾ ਲਈ ਅਮਰੀਕਾ ਆ ਗਿਆ ਚਲੋ 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 ਆਪਾਂ ਥੋੜ੍ਹਾ ਜਿਹਾ ਅੱਗੇ ਜਾਂਦੇ ਹੋਰ ਦੇਖਦੇ ਹਾਂ ਕਿਹੜਾ ਸੱਪ ਨਿਕਲਦਾ ਅੱਗੇ ਜਾ ਕੇ ਲਓ ਵੀ ਮਿੱਤਰੋ ਨਜ਼ਾਰਾ ਲਓ ਦੇਖੋ ਪਾਣੀ ਕਿੰਨਾ ਸਾਫ਼ ਆ ਅਤੇ ਮੈਂ ਤੁਹਾਨੂੰ ਦਿਖਾਉਣਾ ਪਾਣੀ ਦਾ ਰੰਗ ਓਏ ਹੋਏ ਹੋਏ ਇਹ ਆਹ ਦੇਖੋ ਪੂਰਾ ਸਾਫ਼ ਪਾਣੀ ਆ ਉਹ ਸਾਹਮਣੇ ਆ ਰਿਹਾ ਅਤੇ ਉੱਪਰ ਸਾਹਮਣੇ ਝਰਨਾ ਆ 4 ਕਿਲੋਮੀਟਰ ਅੱਗੇ ਜਾ ਕੇ ਝਰਨਾ ਆ ਅਤੇ ਆਪਾਂ ਪੂਰਾ ਆਨੰਦ ਲੈ ਰਹੇ ਇੱਥੇ ਬੰਦੇ ਆਪਣੇ ਸਾਰੇ ਪਹੁੰਚ ਗਏ ਆ ਦੇਖੋ ਪਿੱਛੇ ਡਾਕਟਰ ਸਾਹਿਬ ਕਿਆ ਹੋ ਗਿਆ ਚਪਲ ਟੁੱਟਣ ਦੀ ਤਦਾਦ ਉਹ ਗਾਇਸ ਵੀਰੇ ਹੈਲੋ ਉਹ ਚਾਰਜਰ ਦੇ ਦੇ ਬੈਂਕ ਬਹੁਤ ਠੰਡਾ ਪਾਣੀ ਆ ਲਓ ਵੀ ਦੋਸਤੋ ਆਪਾਂ ਤਾਂ ਆਨੰਦ ਲੈ ਰਹੇ ਹਾਂ ਪੂਰਾ ਹੈ ਨਾ ਅਤੇ ਤੁਸੀਂ ਘਰੋਂ ਦੇਖ ਦੇਖ ਕੇ ਆਨੰਦ ਲਓ ਭਾਜੀ ਆਜੋ ਯਾਰ ਸਵੇਰ ਦਾ ਕੋਈ ਗਾਹਕ ਨਾ ਪੰਜ ਜੀ ਆਜੋ ਭਾਜੀ ਆਜੋ ਭਾਜੀ ਆਜੋ ਯਾਰ ਤੇਰਾ ਮੂੰਹ ਨੀ ਚੰਗਾ ਝੂਟਾ ਵਧੀਆ ਥੱਲੇ ਤੈਨੂੰ ਆਜਾ 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 ਭਾਜੀ ਆ ਯਾਰ ਬੇਇੱਜ਼ਤੀ ਕਰਦੀ
ਬਾਬਾ ਤੇਰੀ ਮੇਰੇ ਮੂੰਹ ਤੇ ਛੱਡ ਤੇਰੀ ਪੀਂਗ ਹੀ ਨੀ ਸਹੀ ਜਿੱਦਾਂ ਦੇ ਬੰਦੇ ਤੇਰੀ ਪੀਂਗ ਲਾਈ ਦੀ ਬਾਬਾ ਦੇਖੀ ਕਿਤੇ ਉਹ ਨਾ ਮਾਰੀ ਚੱਕ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਗੁੱਡ ਮੋਰਨਿੰਗ। ਅਤੇ ਦੋਸਤੋ, ਸੁਬਹਾ ਹੋ ਚੁੱਕੀ ਆ, ਟਾਈਮ 7 ਵੱਜ ਗਏ ਸੁਬਹਾ ਦੇ, ਅਤੇ ਆਪਾਂ ਹੁਣ ਬਾਹਰ ਨਿਕਲੇ ਹਾਂ ਆਪਣੇ ਕੈਂਪ ਤੋਂ। ਅਤੇ ਹਵਾ ਬਹੁਤ ਠੰਡੀ ਠੰਡੀ ਚੱਲਦੀ ਆ, ਦੇਖੋ ਤੁਸੀਂ, ਅਤੇ ਮੌਸਮ ਬਹੁਤ ਸੋਹਣਾ ਹੋਇਆ, ਧੁੱਪ ਨਿਕਲਿਆ ਹੀ ਹੈ ਸਾਹਮਣੇ, ਉੱਪਰ ਦੇਖੋ, ਅਤੇ ਉਹ ਸਾਹਮਣੇ ਬਰਫ਼ ਦਾ ਪਹਾੜ, ਅਤੇ ਨੀਂਦ ਬਹੁਤ ਵਧੀਆ ਆਈ ਸਾਨੂੰ ਰਾਤੀ। ਅਤੇ ਹੁਣ ਆਪਾਂ ਚੱਲੇ ਹਾਂ ਖਾਣਾ ਖਾਣ, ਸੁਬਹਾ ਦਾ ਬ੍ਰੇਕਫਾਸਟ ਖਾਣ ਚੱਲੇ ਹਾਂ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਜ਼ਰੂਰ ਕਰ ਦਿਓ, ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।